ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਦੀਪ ਕੌਰ ਸਿੱਧੂ। ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਅੱਜ ਅਸੀਂ ਮੁਕਤਸਰ ਕੈਂਪੇਨ ਆ ਸਾਡਾ ਸ਼ੂ ਗਿਵਿੰਗ ਕੈਂਪੇਨ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਸਾਡਾ 77th ਕੈਂਪੇਨ ਆ। ਸੋ 77 ਕੈਂਪੇਨ ਸਾਡੇ ਅੱਜ ਕੰਪਲੀਟ ਹੋ ਜਾਣੇ ਨੇ। ਸੋ ਮੋਰ ਦੈਨ ਲਗਾ ਲਓ ਕਿ 3200 ਸ਼ੂਜ਼ ਜਿਹੜੇ ਆ ਉਹ ਅੱਜ ਸਾਡੇ ਕੰਪਲੀਟ ਹੋ ਜਾਣੇ ਨੇ। ਟੋਟਲ 3200 ਸ਼ੂਜ਼ ਜਿਹੜੇ ਅੱਜ ਸਾਡੇ ਕੰਪਲੀਟ ਹੋ ਜਾਣਗੇ ਇਸ ਕੈਂਪੇਨ ਦੌਰਾਨ। ਸੋ ਅੱਜ ਅਸੀਂ ਮੁਕਤਸਰ ਵਿੱਚ ਆਏ ਹਾਂ। ਬੜਾ ਅੱਛਾ ਅਰੇਂਜਮੈਂਟ, ਬਹੁਤ ਮਜ਼ਾ ਆਇਆ ਬੱਚਿਆਂ ਦੇ ਨਾਲ। ਅਸੀਂ ਖੁਦ ਉਹਨਾਂ ਨਾਲ ਇੰਟਰੈਕਟ ਕੀਤਾ, ਬੜੀ ਅੱਛੀਆਂ ਯੂਨੋ ਬੱਚਿਆਂ ਨਾਲ ਇੰਟਰੈਕਸ਼ਨ ਕੀਤੀ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਬਹੁਤ ਅੱਛਾ ਲੱਗਾ। ਸੋ ਹੁਣੇ ਹੁਣੇ ਅਸੀਂ ਆਪਣਾ ਸ਼ੂ ਗਿਵਿੰਗ ਕੈਂਪੇਨ ਜਿਹੜਾ ਉਹ ਸ਼ੁਰੂ ਕੀਤਾ। ਤੁਹਾਡਾ ਸਾਥ ਮੈਨੂੰ ਹਮੇਸ਼ਾ ਹੀ ਚਾਹੀਦਾ। ਸੋ ਮੁਕਤਸਰ ਤੋਂ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮੁਕਤਸਰ ਨਿਵਾਸੀਆਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਸਰਫ ਭਲਾਈ ਯੂਥ ਕਲੱਬ ਦੀ ਇੰਨੀ ਹੈਲਪ ਕੀਤੀ ਆ ਤੇ ਉਹਦੀ ਬਦੌਲਤ ਹੀ ਅਸੀਂ ਅੱਜ ਇਸ ਸਕੂਲ ਦੇ ਵਿੱਚ ਨੀਅਰਲੀ 150 ਸ਼ੂਜ਼ ਜਿਹੜੇ ਆ ਉਹ ਅਸੀਂ ਦੇ ਪਾ ਰਹੇ ਹਾਂ। ਸੋ ਇਸ ਕੈਂਪੇਨ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮਨਪ੍ਰੀਤ ਸਿੰਘ ਤਨੇਜਾ ਆਏ ਨੇ ਫਰੀਦਕੋਟ ਤੋਂ। ਸੋ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦੀ, ਥੋੜ੍ਹੇ ਥੋੜ੍ਹੇ ਮੈਂਬਰਸ ਨਾਲ ਮੈਂ ਅੱਜ ਗੱਲਾਂ ਕਰਨਾ ਚਾਹੁੰਦੀ ਹਾਂ, ਤੁਹਾਨੂੰ ਮਿਲਵਾਉਣਾ ਚਾਹੁੰਦੀ ਹਾਂ ਕਿ ਉਹ ਇੰਨੀ ਦੂਰ ਦੂਰ ਤੋਂ ਇਸ ਕੈਂਪੇਨ ਦੇ ਵਿੱਚ ਆਏ ਨੇ। ਜ਼ਰੂਰੀ ਨਹੀਂ ਹੁੰਦਾ ਕਿ ਜੇ ਇਨਵੀਟੇਸ਼ਨ ਦਿੱਤਾ ਹੈ ਤਾਂ ਬੰਦਾ ਭੱਜ ਭੱਜ ਕੇ ਆਉਂਦਾ ਹੈ, ਉਹਦੇ ਦਿਲੀ ਇੱਛਾ ਹੁੰਦੀ ਹੈ ਅਤੇ ਤਾਂ ਹੀ ਸੋਸ਼ਲ ਵਰਕ ਵੱਲ ਖਿੱਚਿਆ ਜਾਂਦਾ ਹੈ, ਤਾਂ ਹੀ ਕੋਈ ਆਉਂਦਾ ਹੈ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਪੈਸ਼ਲੀ ਸ਼ੂਜ਼ ਪਾਉਣ ਲਈ। ਸੋ ਸਾਰੇ ਬਹੁਤ ਪਿਆਰ ਕਰਦੇ ਹਮੇਸ਼ਾ, ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਮੇਰੇ ਤੋਂ ਇੰਨੀ ਦੂਰ ਹੋ ਫੇਸਬੁੱਕ 'ਤੇ, ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਅਤੇ ਜਿਹੜੇ ਬਿਲਕੁਲ ਮੇਰੇ ਲਾਗੇ ਲਾਗੇ ਹੁੰਦੇ ਨੇ ਜਦੋਂ ਮੈਂ ਕੈਂਪੇਨਸ 'ਚ ਜਾਂਦੀ ਹਾਂ ਤਾਂ ਮੈਨੂੰ ਬਹੁਤ ਅੱਛਾ ਲੱਗਦਾ, ਮੇਰੇ 'ਚ ਫੁੱਲ ਐਨਰਜੀ ਜਿਹੜੀ ਆ ਉਹ ਭਰ ਜਾਂਦੀ ਕਿ ਹਾਂ ਮੈਂ ਪੂਰਾ ਇਹਨਾਂ ਨਾਲ ਇੰਟਰੈਕਸ਼ਨ ਕਰਾਂ, ਇਹਨਾਂ ਨਾਲ ਗੱਲਾਂ ਬਾਤਾਂ ਕਰਾਂ ਅਤੇ ਤੁਹਾਨੂੰ ਇਹਨਾਂ ਦੇ ਰੂਬਰੂ ਕਰਾਵਾਂ। ਸੋ ਮਨਪ੍ਰੀਤ ਸਿੰਘ ਤਨੇਜਾ ਆਏ ਨੇ ਫਰੀਦਕੋਟ ਤੋਂ, ਮੈਂ ਉਹਨਾਂ ਨੂੰ ਪੁੱਛਦੀ ਕਿ ਉਹਨਾਂ ਨੂੰ ਕਿੱਦਾਂ ਦਾ ਫੀਲ ਹੋ ਰਿਹਾ। ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਬਹੁਤ ਵਧੀਆ ਲੱਗਿਆ ਕਿ ਸਰਫ ਭਲਾਈ ਯੂਥ ਕਲੱਬ ਨੇ ਇਹ ਉਪਰਾਲਾ ਕੀਤਾ ਜਿਹਦੇ 'ਚ ਲਗਭਗ 150 ਬੱਚਿਆਂ ਨੂੰ ਸ਼ੂਜ਼ ਅੱਜ ਦੇਣੇ ਨੇ ਅਤੇ ਬੇਨਤੀ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਵੀ ਇਹੋ ਜਿਹੇ ਉਪਰਾਲੇ ਵੱਧ ਤੋਂ ਵੱਧ ਕਰਿਆ ਕਰੋ, ਸਰਕਾਰੀ ਪ੍ਰਾਈਵੇਟ 'ਚ ਔਰ ਜਾਤਵਾਦ 'ਚ ਵਿਤਕਰਾ ਛੱਡ ਕੇ ਇਨਸਾਨੀਅਤ ਵੱਲ ਤੁਰੀਏ ਕਿਉਂਕਿ ਸਾਡਾ ਸਭ ਤੋਂ ਵੱਡਾ ਟਾਰਗੇਟ। ਥੈਂਕ ਯੂ। ਸੋ ਮਨਪ੍ਰੀਤ ਸਿੰਘ ਤਨੇਜਾ ਕਹਿ ਰਹੇ ਨੇ ਕਿ ਜ਼ਰੂਰ ਜਿਹੜਾ ਸਾਡਾ ਕੰਟਰੀਬਿਊਸ਼ਨ ਆ ਉਹ ਇੱਧਰ ਹੋਣਾ ਚਾਹੀਦਾ। ਜਸਵਿੰਦਰ ਸਿੰਘ ਖਾਲਸਾ ਜੀ ਲੁਧਿਆਣੇ ਤੋਂ, ਅੱਜ ਮੈਂ ਸਾਰਿਆਂ ਦੀ ਐਂਕਰ ਬਣੀ ਹੋਈ ਹਾਂ, ਸਾਰੇ NGOs ਤੋਂ ਜਿੰਨੇ ਫਾਊਂਡਰਸ ਆਏ ਨੇ ਜਿਹੜੇ ਟੀਮ ਮੈਂਬਰਸ ਆਏ ਨੇ, ਸੋ ਐਂਕਰਿੰਗ ਕਰਨ ਦਾ ਵੀ ਮੈਨੂੰ ਬੜਾ ਮੈਨੂੰ ਅੱਛਾ ਲੱਗਦਾ। ਸੋ ਜਸਵਿੰਦਰ ਸਿੰਘ ਖਾਲਸਾ ਜੀ ਆਏ ਨੇ ਨਦਰ ਫਾਊਂਡੇਸ਼ਨ ਤੋਂ ਲੁਧਿਆਣੇ ਤੋਂ। ਸੋ ਇਹ ਜਿਹੜੇ ਈਵੈਂਟਸ ਆ ਸਾਡੇ NGOs ਵਾਲੇ, ਇਹ ਵੀ ਇੱਕ ਬੜਾ ਅੱਛਾ ਉਪਰਾਲਾ ਹੈ ਕਿ ਜਦੋਂ ਅਸੀਂ ਬਾਕੀਆਂ NGOs ਨੂੰ ਵੀ ਬੁਲਾ ਕੇ ਜਾਂ ਸਾਰਿਆਂ ਨੂੰ ਇਨਵਾਈਟ ਕਰਕੇ ਜਿਹੜਾ ਵਾ ਕੋਈ ਵੀ ਕੈਂਪੇਨ ਕਰਦੇ ਹਾਂ, ਬਹੁਤ ਸਾਰੀ ਵਿਚਾਰਾਂ ਦੀ ਸਾਂਝ ਹੁੰਦੀ ਆ, ਬਹੁਤ ਸਾਰਾ ਯੂਨੋ ਦੂਸਰੇ ਕੀ ਕਰ ਰਹੇ ਸਾਨੂੰ ਪਤਾ ਲੱਗਦਾ ਹੈ ਅਤੇ ਸਾਡੀ ਹੌਂਸਲਾ ਅਫਜ਼ਾਈ ਅਸੀਂ ਆਪੇ ਇੱਕ ਦੂਜੇ ਦੀ ਬਹੁਤ ਸਾਰੀ ਜਿਹੜੀ ਉਹ ਕਰਦੇ ਰਹਿੰਦੇ ਹਾਂ। ਸੋ ਖਾਲਸਾ ਜੀ ਨੂੰ ਮੈਂ ਪੁੱਛਦੀ ਹਾਂ ਕਿ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਅਤੇ ਨਾਲੇ ਉਹਨਾਂ ਨੇ ਕੋਈ ਸਪੈਸ਼ਲ ਗੱਲ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਿਹੜੀ ਸਵੇਰੇ ਮੇਰੇ ਨਾਲ ਸ਼ੇਅਰ ਕਰ ਰਹੀ ਸੀ ਕਿ ਜਦੋਂ ਉਹ ਸਕੂਲ 'ਚ ਪੜ੍ਹਦੇ ਸੀ ਉਦੋਂ ਕਿੱਦਾਂ ਦਾ ਉਹਨਾਂ ਨੂੰ ਜਿਹੜਾ ਵਾ ਕਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਸੀ। ਸੋ ਆਲਰੇਡੀ ਮੈਂ ਤੁਹਾਨੂੰ ਥੋੜ੍ਹਾ ਕੈਂਪੇਨ ਦਿਖਾ ਦਿੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜਸਵਿੰਦਰ ਸਿੰਘ, ਜਿੱਦਾਂ ਅੱਜ ਸਰਵ ਭਲਾਈ ਯੂਥ ਕਲੱਬ ਵੱਲੋਂ ਅਤੇ ਮੈਡਮ ਮਨਦੀਪ ਕੌਰ ਹੋਣਾ ਵੱਲੋਂ ਅੱਜ ਇੱਥੇ ਸਕੂਲ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਬੂਟ ਦੇਣ ਦਾਨ ਕਰਨ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ, ਮੈਨੂੰ ਬੜਾ ਵਧੀਆ ਲੱਗਿਆ ਇਹਨਾਂ ਨੇ ਇੱਥੇ ਬੁਲਾਇਆ, ਕਿਉਂਕਿ ਮੈਂ ਵੀ ਇੱਕ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹਿਆ, ਪਹਿਲੀਆਂ 10 ਕਲਾਸਾਂ ਬਿਨਾਂ ਬੂਟਾਂ ਤੋਂ ਹੀ ਪੜ੍ਹੀ ਮੈਂ ਪੜ੍ਹੀਆਂ ਨੇ, ਚੱਪਲਾਂ ਪਾ ਕੇ ਜਾਂਦੇ ਰਹੇ ਹਾਂ।
ਅਤੇ ਅੱਜ ਵਧੀਆ ਮਹਿਸੂਸ ਹੋ ਰਿਹਾ ਕਿ ਚਲੋ ਕੋਈ ਤਾਂ ਇਹਨਾਂ ਨੂੰ ਦੇਣ ਵਾਲਾ ਕਰਨ ਵਾਲਾ ਪਰਮਾਤਮਾ ਦਾ ਸਭ ਤੋਂ ਵੱਡਾ ਕੋਈ ਨਾ ਕੋਈ ਜ਼ਰੀਆ ਬਣਦਾ ਕਿ ਉਹ ਕਿਸੇ ਨਾ ਕਿਸੇ ਦੀ ਹੱਥ ਫੜਦਾ। ਇਹ ਹੱਥ ਫੜਨ ਵਾਲਾ ਕੰਮ ਆ ਕਿ ਅੱਜ ਬੱਚਿਆਂ ਨੂੰ ਜੇ ਉਹ ਬੂਟ ਮਿਲੇ ਨੇ ਤਾਂ ਕੱਲ੍ਹ ਨੂੰ ਉਹ ਜ਼ਰੂਰ ਸੋਚਣਗੇ ਕਿ ਮੈਂ ਵੀ ਕਿਸੇ ਦਾ ਕੋਈ ਸਵਾਰਨਾ, ਅਤੇ ਸਵਾਰਨ ਦੇ ਕਰਕੇ ਹੀ ਜਿਹੜੀ ਇਨਸਾਨੀਅਤ ਜਿਉਂਦੀ ਰਹਿੰਦੀ ਆ। ਆਪਣੇ ਹੱਕਾਂ ਪ੍ਰਤੀ ਜੇ ਸੁਚੇਤ ਆ ਅਤੇ ਫਰਜ਼ ਜ਼ਰੂਰ ਸਾਨੂੰ ਨਿਭਾਉਣੇ ਚਾਹੀਦੇ। ਮੈਂ ਇੰਨੀ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਦੇਖਣ ਵਾਲੇ ਆ, ਕੁਛ ਨਾ ਕੁਛ ਜ਼ਰੂਰ ਤੁਸੀਂ ਆਪਣੇ ਆਲੇ ਦੁਆਲੇ ਜਿਹੜਾ ਉਹ ਕੁਛ ਨਾ ਕੁਛ ਕਿਸੇ ਦੀ ਹੱਥ ਫੜ ਕੇ ਉਸਦੀ ਮਦਦ ਕਰ ਸਕਦੇ। ਉਹ ਕਿਸੇ ਤਰੀਕੇ ਨਾਲ ਵੀ ਹੋ ਸਕਦੀ ਆ, ਚਾਹੇ ਉਹ ਇਹਨਾਂ ਬੱਚਿਆਂ ਦੀ ਆ, ਭਾਵੇਂ ਇਹਨਾਂ ਬੱਚਿਆਂ ਦੀ ਸ਼ੂਜ਼ ਦੀ ਗੱਲ ਆ, ਭਾਵੇਂ ਇਹਨਾਂ ਦੀ ਵਰਦੀ ਦੀ ਗੱਲ ਆ, ਭਾਵੇਂ ਕਿਸੇ ਲੋੜਵੰਦ ਮਰੀਜ਼ ਦੇ ਲਈ ਗੱਲ ਆ, ਭਾਵੇਂ ਹੋਰ ਕਿਸੇ ਬੱਚੇ ਦੀ ਪੜ੍ਹਾਈ ਦੇ ਲਈ ਆ, ਤੁਸੀਂ ਜ਼ਰੂਰ ਉੱਦਮ ਉਪਰਾਲੇ ਜਿਹੜੇ ਕਰਿਆ ਕਰੋ ਜ਼ਰੂਰ, ਕਿਉਂਕਿ ਜਿਹੜੇ ਇੱਥੇ ਚੰਗੇ ਇਨਸਾਨਾਂ ਦੀ ਕਮੀ ਆ, ਐਜੂਕੇਟਡ ਲੋਕ ਬਹੁਤ ਜ਼ਿਆਦਾ ਨੇ, ਪਰ ਚੰਗੇ ਇਨਸਾਨ ਹੋਣਾ ਸਭ ਤੋਂ ਵੱਡੀ ਗੱਲ ਆ। ਉਹ ਭਾਈ ਕਨਈਆ ਜੀ ਵਰਗਿਆਂ ਨੇ, ਭਗਤ ਪੂਰਨ ਸਿੰਘ ਜੀ ਵਰਗਿਆਂ ਨੇ ਸਾਨੂੰ ਦੱਸਤਾ ਕਿ ਚੰਗੇ ਬੰਦਿਆਂ ਦੀ ਕਦਰ ਹਮੇਸ਼ਾ ਹੁੰਦੀ ਆ, ਭਾਵੇਂ ਅਸੀਂ ਕਿਸੇ ਵੀ ਘਰ 'ਚ ਪੈਦਾ ਹੋਏ ਹਾਂ, ਭਾਵੇਂ ਕਿਤੇ ਵੀ ਧਰਮ 'ਚ ਪੈਦਾ ਹੋਏ ਹਾਂ, ਇਨਸਾਨੀਅਤ ਜਿਹੜੀ ਆ ਧਰਮਾਂ ਤੋਂ ਉੱਤੇ ਦੀ ਗੱਲ ਆ, ਕਿ ਧਰਮਾਂ ਤੋਂ ਉੱਪਰ ਉੱਠ ਕੇ ਹੀ ਤੁਸੀਂ ਇੱਕ ਦੂਜੇ ਦਾ ਹੱਕ ਜੇ ਨਹੀਂ ਵੀ ਫਾਈਨੈਂਸ਼ੀਅਲੀ ਕਰ ਸਕਦੇ ਤਾਂ ਉਹਦਾ ਉਹਨੂੰ ਇਮੋਸ਼ਨਲ ਸਪੋਰਟ ਜ਼ਰੂਰ ਦਿਓ ਕਿ ਮੈਂ ਤੇਰੇ ਨਾਲ। ਸਭ ਤੋਂ ਵੱਡੀ ਜਿਹੜੀ ਸਪੋਰਟ ਇਹੀ ਹੁੰਦੀ ਕਿ ਮੈਂ ਤੇਰੇ ਨਾਲ, ਕਿਸੇ ਲੋੜਵੰਦ ਦਾ ਹੱਥ ਫੜ ਕੇ ਜ਼ਰੂਰ। ਇੰਨੀਆਂ ਕੁ ਬੇਨਤੀਆਂ ਪਰਮਾਤਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ ਖਾਲਸਾ ਜੀ ਨਦਰ ਫਾਊਂਡੇਸ਼ਨ ਤੋਂ ਆਏ ਨੇ ਤੇ ਇੱਥੇ ਸਾਰੇ ਟੀਚਰਸ ਦਾ ਜਿਹੜੇ ਕਿ ਸ਼ੂਜ਼ ਪਵਾ ਰਹੇ ਨੇ ਇਹ ਪਿਆਰੀ ਜੀ ਬੇਟੀ ਸਾਨੂੰ ਇੱਥੇ ਮਿਲਣ ਆਈ ਸੀ ਅੱਜ, ਮੈਂ ਤੁਹਾਨੂੰ ਉਹਨਾਂ ਨਾਲ ਮਿਲਾਉਣਾ ਚਾਹੁੰਦੀ ਹਾਂ ਕਿ ਬੱਚੇ ਜਿਹੜੇ ਆ ਕਿੰਨੇ ਇੰਸਪਾਇਰ ਹੋ ਜਾਂਦੇ ਆ ਕਈ ਵਾਰੀ ਸੋਸ਼ਲ ਵਰਕ ਵੇਖ ਕੇ, ਅਤੇ ਉਹ ਅੱਜ ਮੈਨੂੰ ਮਿਲਣ ਆਏ ਸੀ। ਸੋ ਮੈਨੂੰ ਆਪਣਾ ਨਾਮ ਦੱਸੋ ਇੱਕ ਵਾਰ। ਸ੍ਰਿਸ਼ਟੀ। ਇਹ ਸ੍ਰਿਸ਼ਟੀ ਨੇ, ਇਹ ਸਪੈਸ਼ਲੀ ਸਾਨੂੰ ਅੱਜ ਮਿਲਣ ਆਏ ਨੇ। ਸੋ ਸ੍ਰਿਸ਼ਟੀ How are you feeling? I'm feeling very happy to work with them, to work with you specially and to help them. So, what are your plans? Na social work ke ki matlab dekh ke aapko kaise lagta hai ki main apni life mein kaise help karungi? Man karta hai bade hokar agar mauka mila to aapke sath hi judh ke inko help karu. Social work hamesha karna chahiye aur hum ਫਿਰ ਸੇ ਕੁਛ ਬਣ ਜਾਏ ਤਾਂ ਅੱਛੀ ਤਰ੍ਹਾਂ ਸਭੀ ਹੈਲਪ ਕਰ ਸਕੇਗੀ। ਥੈਂਕ ਯੂ, ਥੈਂਕ ਯੂ। ਸੋ ਸ੍ਰਿਸ਼ਟੀ 10th ਕਲਾਸ ਦੀ ਸਟੂਡੈਂਟ ਹੈ ਲਿਟਲ ਫਲਾਵਰ ਕਾਨਵੈਂਟ ਸਕੂਲ ਦੀ। ਸੋ ਆਈ ਥਿੰਕ ਦ ਸਕੂਲ ਸ਼ੁੱਡ ਫੀਲ ਪ੍ਰਾਊਡ ਆਫ ਹਰ ਕਿ ਕਈ ਬੱਚੇ ਨੇ ਜਿਹੜੀਆਂ ਕਿ ਯੂ ਨੋ ਐਨ ਜੀ ਓਜ਼ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਅਤੇ ਐਨ ਜੀ ਓਜ਼ ਨਾਲ ਕੰਮ ਕਰਨਾ ਚਾਹੁੰਦੇ ਨੇ, ਉਹ ਸਪੈਸ਼ਲੀ ਇੱਥੇ ਮੈਨੂੰ ਮਿਲਣ ਆਏ ਨੇ। ਸੋ ਕੋਈ ਮਤਲਬ ਇਸ ਲਾਈਕ ਕਿ ਖੁਦ ਹੀ ਦੱਸਦੇ ਆ, ਇਸ ਚੀਜ਼ ਤੋਂ ਪਤਾ ਲੱਗਦਾ ਕਿ ਬੱਚੇ ਦੀ ਪਰਵਰਿਸ਼ ਕਿੱਦਾਂ ਦੀ ਆ ਜਾਂ ਕਿਸ ਤਰ੍ਹਾਂ ਦੀ ਸੋਚ ਰੱਖਦਾ ਹੈ ਜਾਂ ਸਕੂਲ ਉਹਨੂੰ ਕਿਹੜੀ ਡਾਇਰੈਕਸ਼ਨ 'ਚ ਲੈ ਕੇ ਜਾ ਰਿਹਾ ਕਿ ਜਦੋਂ ਬੱਚੇ ਉਹਦਾ ਅੱਜ ਇਗਜ਼ਾਮ ਵੀ ਸੀ ਅਤੇ ਕੱਲ੍ਹ ਵੀ ਉਹਦਾ ਇਗਜ਼ਾਮ ਆ, ਬਟ ਫਿਰ ਵੀ ਉਹ ਇੱਥੇ ਸਪੈਸ਼ਲੀ ਸਾਨੂੰ ਮਿਲਣ ਆਏ ਅਤੇ ਉਹ ਖੁਦ ਜਿਹੜੇ ਸ਼ੂਜ਼ ਆ ਉਹ ਖੁਦ ਪਵਾ ਰਹੇ ਨੇ ਉਹਨਾਂ ਦੀ ਫੈਮਿਲੀ ਅਤੇ ਉਹ ਖੁਦ ਵੀ, ਅਤੇ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਾ ਕਿ ਹਾਂ ਜਿਹੜੀ ਛੋਟੀ ਯੰਗ ਜਨਰੇਸ਼ਨ ਆ ਉਹ ਸਾਡੇ ਤੋਂ ਇੰਨਾ ਇੰਸਪਾਇਰ ਹੋ ਰਹੀ ਹੈ ਅਤੇ ਉਹ ਵੀ ਸਾਡੀ ਹੈਲਪ ਕਰਨ ਲਈ ਪੂਰੀ ਪੂਰੀ ਜਿਹੜੀ ਆ ਉਹ ਤਿਆਰ ਬਰ ਤਿਆਰ ਆ। ਸੋ ਮੈਂ ਵੀ ਪਾਰਟੀਸਪੇਟ ਕਰਨਾ ਚਾਹੁੰਦੀ ਸ਼ੂ ਗਿਵਿੰਗ ਕੈਂਪੇਨ 'ਚ, ਥੋੜ੍ਹੇ ਬੱਚਿਆਂ ਨੂੰ ਸ਼ੂਜ਼ ਮੈਂ ਪਵਾ ਦਾਂ ਅਤੇ ਫਿਰ ਅਸੀਂ ਇਹ ਲਾਈਵ ਵੀਡੀਓ ਦੀ ਸਮਾਪਤੀ ਕਰਦੇ ਹਾਂ। ਹੋਰ ਵੀ ਅਸੀਂ ਐਨ ਜੀ ਓਜ਼ 'ਚ ਅੱਜ ਜਾਣਾ ਹੈ,
ਸੋ ਕੋਸ਼ਿਸ਼ ਰਹੇਗੀ ਕਿ ਮੈਂ ਅੱਜ ਹੋਰ ਲਾਈਵ ਵੀਡੀਓਜ਼ ਜਿਹੜੀਆਂ ਪੋਸਟ ਕਰਾਂ ਤਾਂ ਕਿ ਅੱਜ ਦਾ ਦਿਨ ਮੈਂ ਤੁਹਾਡੇ ਨਾਲ ਪੂਰਾ ਸ਼ੇਅਰ ਕਰ ਸਕਾਂ ਕਿ ਅੱਜ smiles.care ਨੇ ਕੀ ਕੀਤਾ ਸੀ, ਕਿੱਥੇ ਕਿੱਥੇ ਯੂ ਨੋ ਕਿਨੂੰ ਕਿਨੂੰ ਮਿਲੇ, ਬਿਕੋਜ਼ ਬਹੁਤ ਸਾਰੀਆਂ ਆਰਗਨਾਈਜੇਸ਼ਨ ਦਾ ਜਿਹੜਾ ਬੜਾ ਅੱਛਾ ਕੰਮ ਜਿਹੜੀਆਂ ਕਰ ਰਹੀਆਂ ਨੇ। ਜੋ ਵੀ ਖਾਣਾ ਹੈ ਉਹ ਤੁਸੀਂ ਲੱਗਦਾ।
ਪਈ ਨਾ हेलो ਮੁਕਤਸਰ ਕੈਂਪੇਨ ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਅਨੁਰਾਗ ਜੀ ਦੀ
ਤੇ ਸਪੈਸ਼ਲੀ ਆਪਣੇ ਵਾਲੰਟੀਅਰ ਜਸਪਾਲ ਸਿੰਘ ਜੀ ਦੀ ਬੜੀ ਸ਼ੁਕਰਗੁਜ਼ਾਰ ਹਾਂ, ਸਤਿੰਦਰ ਸਿੰਘ ਜੀ ਦੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਮੈਨੂੰ ਅੱਜ ਇੱਥੇ ਉਹਨਾਂ ਨੇ ਆਪਣੀ ਕਨਵਿੰਸ ਸਾਨੂੰ ਦੇ ਕੇ ਅਤੇ ਸਾਨੂੰ ਅੱਜ ਮੁਕਤਸਰ ਲੈ ਕੇ ਆਏ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਐਨ ਜੀ ਓ 'ਚ ਇਨਵੋਲਵ ਹੁੰਦੀਆਂ, ਕਈ ਵਾਰੀ ਦੂਰ ਜਾਣਾ ਪੈਂਦਾ ਅਤੇ ਸਾਡੇ ਕੋਲ ਕਨਵਿੰਸ ਨਹੀਂ ਹੁੰਦਾ, ਬਿਕੋਜ਼ ਸਾਡਾ ਸਮਾਨ ਵੀ ਜਾਣਾ ਹੁੰਦਾ ਜਿਹੜੀ ਸਾਡੇ ਕੋਲ ਆਪਣੀ ਪਰਸਨਲ ਜਿੱਦਾਂ ਕਾਰਸ ਨੇ। ਸੋ ਕਈ ਵਾਰੀ ਸਾਨੂੰ ਹੈਲਪ ਦੀ ਲੋੜ ਪੈ ਜਾਂਦੀ ਆ। ਸੋ ਜਸਪਾਲ ਸਿੰਘ ਜੀ ਜੋ ਕਿ ਸਾਡੇ ਨਾਲ ਬਹੁਤ ਦੇਰ ਤੋਂ ਵਾਲੰਟੀਅਰ ਜੁੜੇ ਨੇ, ਉਹਨਾਂ ਦੇ ਕਜ਼ਨ ਸਤਿੰਦਰ ਸਿੰਘ ਜੋ ਕਿ ਅੱਜ ਸਾਨੂੰ ਇਸ ਕੈਂਪੇਨ 'ਚ ਸਾਡੀ ਟੀਮ ਨੂੰ ਅੱਜ ਲੈ ਕੇ ਆਏ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਜਿਹੜੀਆਂ ਹਿਡਨ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਬਾਕੀਆਂ ਨੂੰ ਅਸੀਂ ਨਹੀਂ ਦੱਸ ਸਕਦੇ ਜਾਂ ਨਹੀਂ ਦੱਸੀਆਂ ਜਾਂਦੀਆਂ ਲਾਈਵ ਵੀਡੀਓਜ਼ ਵਿੱਚ, ਇਸ ਤਰ੍ਹਾਂ ਸਾਨੂੰ ਬੈਕਐਂਡ 'ਤੇ ਜਿਹੜੇ ਵਾਲੰਟੀਅਰ ਸਾਡੀ ਮਦਦ ਕਰਦੇ ਆ ਉਹਨਾਂ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਅਨੁਰਾਗ ਜੀ, ਅਨੁਰਾਗ ਸ਼ਰਮਾ ਬਹੁਤ ਥੋੜ੍ਹੀ ਦੇਰੀ ਹੋਈ ਹੈ ਮੇਰੇ ਨਾਲ ਜੁੜੇ ਆ ਅਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਇਸ ਸ਼ੂ ਗਿਵਿੰਗ ਕੈਂਪੇਨ ਨੂੰ ਪੂਰਾ ਕੰਪਲੀਟ ਕਰਨ ਵਿੱਚ। ਸੋ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਜੇ ਤੁਸੀਂ ਮੁਕਤਸਰ ਨਿਵਾਸੀ ਹੋ ਜਾਂ ਤੁਸੀਂ ਅਨੁਰਾਗ ਸ਼ਰਮਾ ਨੂੰ ਜੇ ਤੁਸੀਂ ਜਾਣਦੇ ਹੋ ਤਾਂ ਜ਼ਰੂਰ ਉਹਨਾਂ ਨੂੰ ਐਪਰੀਸ਼ੀਏਟ ਕਰੋ। ਪਰਸਨਲੀ ਮੈਂ ਉਹਨਾਂ ਨੂੰ ਨਹੀਂ ਜਾਣਦੀ, ਬਟ ਇੰਨਾ ਵੱਡਾ ਉਪਰਾਲਾ ਕਰਨਾ, ਇੰਨਾ ਵਧੀਆ ਯੂਨੋ ਪੂਰੀ ਫੰਡ ਰੇਜ਼ਿੰਗ ਕਰਕੇ ਕੈਂਪੇਨ ਨੂੰ ਪੂਰਾ ਕੰਪਲੀਟ ਕਰਨਾ, ਜਿਹੜਾ ਛੋਟੀ ਮੋਟੀ ਗੱਲ ਨਹੀਂ ਆ ਕਿ ਯੂਨੋ 100 ਰੁਪਏ ਦਾ ਵੀ ਹਿਸਾਬ ਦੇਣਾ ਜਿਹੜਾ ਔਖਾ ਹੋ ਜਾਂਦਾ। ਸੋ ਟੋਟਲ 135 ਬੱਚਿਆਂ ਨੂੰ ਅੱਜ ਇੱਥੇ ਸ਼ੂਜ਼ ਮਿਲੇ ਨੇ। ਮੁਕਤਸਰ ਵਿੱਚ ਬੜਾ ਅੱਛਾ ਜਿਹੜਾ ਉਪਰਾਲਾ ਇਹ ਅੱਜ ਹੋਇਆ। ਸੋ ਪਲੀਜ਼ ਅਸੀਂ ਇਸ ਵੀਡੀਓ ਦੇ ਵਿੱਚ ਜ਼ਰੂਰ ਅਨੁਰਾਗ ਸ਼ਰਮਾ ਨੂੰ ਅਸੀਂ ਐਪਰੀਸ਼ੀਏਟ ਕਰਨਾ ਕਿ ਹਮੇਸ਼ਾ ਹੀ ਉਹਨਾਂ ਦਾ ਹੌਸਲਾ ਬਣਿਆ ਰਹੇ ਅਤੇ ਉਹ ਹੋਰ ਅੱਛਾ ਅੱਛਾ ਕੰਮ ਜਿਹੜੇ ਕਰਦੇ ਰਹਿਣ। ਸਪੈਸ਼ਲੀ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਬੜੀ ਯੰਗ ਇਹ ਟੀਮ ਆ ਸਰਫਲਾਈ ਯੂਥ ਕਲੱਬ। ਅਨੁਰਾਗ ਸ਼ਰਮਾ ਖੁਦ ਹਜੇ 20-21 ਸਾਲ ਦੇ ਨੇ। ਸੋ ਬੜਾ ਜ਼ਿਆਦਾ ਇੰਨਾ ਹੌਸਲਾ ਕਰਨਾ ਇੰਨੀ ਛੋਟੀ ਏਜ ਦੇ ਵਿੱਚ ਅਤੇ ਸੋਚਣਾ ਕਿ ਮੈਂ ਇਹ ਕਰ ਸਕਦਾ, ਸੋ ਅਤੇ ਉਹਨੂੰ ਪੂਰਾ ਮੁਕੰਮਲ ਕਰਨਾ, ਪੂਰਾ ਐਗਜੀਕਿਊਟ ਕਰਨਾ। ਸੋ ਮੈਂ ਬਹੁਤ ਐਪਰੀਸ਼ੀਏਟ ਕਰਦੀ ਹਾਂ ਆਪਣੀ ਯੰਗ ਜਨਰੇਸ਼ਨ ਨੂੰ ਕਿ ਜਿਹੜਾ ਇੰਨਾ ਹੌਸਲਾ ਰੱਖਦੀ ਹੈ ਕਿ ਹਾਂ ਅਸੀਂ ਫੰਡ ਰੇਜ਼ ਕਰ ਸਕਦੇ ਹਾਂ, ਫਿਰ ਅਸੀਂ ਵਾਕਈ ਕਿਸੇ ਦੀ ਹੈਲਪ ਕਰ ਸਕਦੇ। ਸੋ ਇਹਨਾਂ ਚੀਜ਼ਾਂ ਲਈ ਪਰਸਨਲ ਮਨੀ ਦੀ ਲੋੜ ਨਹੀਂ ਆ, ਪਰਸਨਲ ਟਾਈਮ ਦੀ, ਡੈਡੀਕੇਸ਼ਨ ਦੀ, ਬਹੁਤ ਜ਼ਿਆਦਾ ਹਾਰਡਵਰਕ ਦੀ ਜਿਹੜੀ ਲੋੜ ਹੈ। ਅਤੇ ਮੈਂ ਚਾਹਾਂਗੀ ਕਿ ਹੋਰ ਵੀ ਯੂਥ ਅੱਗੇ ਆਵੇ ਫੰਡ ਰੇਜ਼ਿੰਗ 'ਚ, ਜਿਹਦਾ ਐਕਸਪਰਟੀਜ਼ ਉਹਦੀ ਹੋਵੇ ਅਤੇ ਆਪਣੇ ਅੱਛੇ ਰਿਲੇਸ਼ਨ ਦੇ ਸਦਕਾ ਉਹ ਇਹੋ ਜਿਹੇ ਉਪਰਾਲੇ ਕਰੇ ਕਿ ਜਿੱਥੇ ਵਾਕਈ ਜਿਹੜੇ ਲੋੜਵੰਦ ਆ ਉਹਨਾਂ ਦੀ ਜਿਹੜੀ ਮਦਦ ਹੋ ਸਕੇ। ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਲਈ, ਮਨਦੀਪ ਕੌਰ ਸਿੱਧੂ।